ਹੈਲੋ ਫਰੈਂਡ ਵੈਲਕਮ ਟੂ ਮਾਈ YouTube ਚੈਨਲ ਫਰੈਂਡਸ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਇੰਪੋਰਟੈਂਟ ਇਨਫੋਰਮੇਸ਼ਨ ਦੇਣੀ ਹੈ ਜੀ ਮਾਸਟਰ ਕੈਟਰ एग्जाम ਦੇ ਰਿਗਾਰਡਿੰਗ ਜਿਹੜਾ ਕਿ ਬੈਕਲੌਗ ਪੋਸਟ ਜਿਹੜੀ ਕੱਢੀਆਂ ਗਈਆਂ ਸੀ ਸਾਇੰਸ ਦੀਆਂ 518 ਅੰਗਰੇਜ਼ੀ ਦੀਆਂ 380 ਤੇ ਮੈਥ ਦੇ 595 ਇਹਨਾਂ ਦੇ ਜਿਹੜੇ ਜਿਹੜਾ एग्जाम ਹੈ ਜੀ ਉਹਨਾਂ ਦੀ ਡੇਟਸ਼ੀਟ ਆ ਚੁੱਕੀ ਹੈ ਤੁਹਾਨੂੰ ਇਸੇ ਬਾਰੇ ਹੀ ਇਸ ਵੀਡੀਓ ਵਿੱਚ ਦੱਸਣਾ ਹੈ ਠੀਕ ਹੈ ਜੀ ਤੇ ਇਸ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ ਕਿ ਜਿਹੜੀ ਡੇਟਸ਼ੀਟ ਹੈ ਜੀ ਉਹ ਆ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜੀ ਨੋਟਿਸ ਜਿਹੜਾ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਾਰਕਾਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਭਾਗ ਦੀ ਨਵਾਂ ਮਾਸਟਰ ਕੈਡਰ ਬਾਰਡਰ ਏਰੀਆ ਵਿੱਚ ਸਾਇੰਸ ਵਿਸ਼ੇ ਦੀਆਂ 518 ਅੰਗਰੇਜ਼ੀ ਦੀਆਂ 380 ਮੈਥ ਵਿਸ਼ੇ ਦੀਆਂ 595 ਬੈਕਲੌਗ ਅਤੇ ਅੰਗਰੇਜ਼ੀ ਵਿਸ਼ੇ ਦੀਆਂ 899 ਨਵੀਆਂ ਅਸਾਮੀਆਂ ਨੂੰ ਭਰਨ ਲਈ ਮਿਤੀ 6 April 2021 ਮਿਤੀ 31 March 2021 ਨੂੰ 135 ਅਤੇ ਮਿਤੀ 17 May 2021 ਨੂੰ 90 ਦਿਵੰਗ ਕੈਟਾਗਰੀ ਦੀਆਂ ਹੈਂਡੀਕੈਪ ਕੈਟਾਗਰੀ ਦੀਆਂ ਬੈਕਲੌਗ ਦੀਆਂ ਪੋਸਟਾਂ ਦਾ ਵਿਗਿਆਪਨ ਦਿੱਤਾ ਗਿਆ ਸੀ ਇਹਨਾਂ ਅਸਾਮੀਆਂ ਸਬੰਧੀ ਵਿਭਾਗੀ ਲਿਖਤੀ ਟੈਸਟ ਹੇਠ ਲਿਖੀਆਂ ਮਿਤੀਆਂ ਅਨੁਸਾਰ ਹੋਵੇਗਾ ਠੀਕ ਹੈ ਜੀ ਇਹ ਜਿਹੜਾ ਜਿਹੜੀਆਂ ਪੋਸਟਾਂ ਨੇ ਜੀ ਕੱਢੀਆਂ ਗਈਆਂ ਸੀ ਠੀਕ ਹੈ ਸਾਇੰਸ ਮੈਥ ਇੰਗਲਿਸ਼ ਅਤੇ ਦਿਵਿਆਂ ਕੈਟਾਗਰੀ ਦੀਆਂ ਤੁਸੀਂ ਦੇਖ ਸਕਦੇ ਹੋ ਜੀ ਇਹਨਾਂ ਅਸਾਮੀਆਂ ਦੀ ਇਹਨਾਂ ਅਸਾਮੀਆਂ ਸਬੰਧੀ ਵਿਭਾਗੀ ਟੈਸਟ ਹੇਠ ਲਿਖੀ ਮਿਤੀਆਂ ਅਨੁਸਾਰ ਹੋਵੇਗਾ ਤਾਂ ਕਿਹੜੀ ਕਿਹੜੀ ਮਿਤੀ ਨੇ ਜੀ ਕਿਹੜੀ ਡੇਟ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਅੰਗਰੇਜ਼ੀ ਵਿਸ਼ੇ ਜਿਹੜਾ ਹੈ ਜੀ ਉਹਦੀ ਜਿਹੜੇ ਡੇਟ ਹੈ ਜੀ ਇਗਜ਼ਾਮ ਦੀ ਉਹ ਹੈ 20 ਜੂਨ 2021 9:30 ਵਜੇ ਤੋਂ 12:00 ਵਜੇ ਤੱਕ ਦੂਜਾ ਹੈ ਜੀ ਸਾਇੰਸ ਦਾ ਸਾਇੰਸ ਸਬਜੈਕਟ ਇਸ ਦੀ ਜਿਹੜੀ ਡੇਟ ਹੈ ਜੀ ਐਗਜ਼ਾਮ ਦੀ ਉਹ ਹੈ 20 ਜੂਨ 2021 ਇਹਦਾ ਟਾਈਮ ਹੋਵੇਗਾ 2 ਵਜੇ ਤੋਂ 4:30 ਵਜੇ ਤੱਕ ਦੁਪਹਿਰੇ ਠੀਕ ਹੈ ਜੀ ਤੀਜਾ ਹੈ ਜੀ ਮੈਥ ਸਬਜੈਕਟ ਇਸ ਦੀ ਜਿਹੜੀ ਡੇਟ ਹੈ ਜੀ ਐਗਜ਼ਾਮ ਦੀ ਉਹ ਹੈ 21 ਜੂਨ 2021 9:30 ਵਜੇ ਤੋਂ 12 ਵਜੇ ਤੱਕ ਠੀਕ ਹੈ ਜੀ ਇੰਗਲਿਸ਼ ਦਾ ਪੇਪਰ 20 ਜੂਨ ਨੂੰ ਹੋਵੇਗਾ ਸਾਇੰਸ ਦਾ ਪੇਪਰ 20 ਜੂਨ ਨੂੰ ਹੋਵੇਗਾ ਦੁਪਹਿਰੇ 2 ਵਜੇ ਤੋਂ 4:30 ਵਜੇ ਤੱਕ ਤੇ ਜਿਹੜਾ ਮੈਥ ਦਾ ਪੇਪਰ ਹੈ ਜੀ ਉਹ 21 ਜੂਨ 2021 ਨੂੰ ਹੋਵੇਗਾ 9:30 ਦੇ ਮਾਸਟਰ ਕੈਟੇਡਰ ਦੀਆਂ ਬੈਕਲੌਗ ਦੀਆਂ ਤੇ ਦਿਵਿਆਂ ਕੈਟੇਗਰੀ ਦੀਆਂ ਇਹਨਾਂ ਜਿਹੜਾ ਪੇਪਰ ਹੈ ਜੀ ਉਸ ਦੀ ਡੇਟ ਆ ਚੁੱਕੀ ਹੈ ਜਿੰਨਾਂ ਜਿੰਨਾਂ ਨੇ ਫੇਰ ਕੀਤਾ ਸੀ ਤਿਆਰੀ ਜਰੂਰ ਸ਼ੁਰੂ ਕਰ ਦੋ ਠੀਕ ਹੈ ਜੀ ਇਹਦਾ ਜਿਹੜਾ ਬਾਕੀ ਜਿਹੜਾ ਸਥਾਨ ਹੋਵੇਗਾ ਜਿੱਥੇ ਪੇਪਰ ਹੋਣਾ ਹੈ ਉਹ ਤੁਹਾਨੂੰ ਰੋਲ ਨੰਬਰ ਸਲਿੱਪ ਵਿੱਚ ਦੱਸਾਇਆ ਜਾਵੇਗਾ ਨੀਚੇ ਲਿਖਿਆ ਆਇਆ ਜੀ ਦੇਖ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਰੋਲ ਨੰਬਰ ਵਿੱਚ ਲਿਖਿਆ ਹੋਵੇਗਾ ਉਹਦੇ ਵਿੱਚ ਪਲੇਸ ਐਗਜ਼ਾਮ ਦਾ ਠੀਕ ਹੈ ਜੀ ਤਾਂ ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਤੁਹਾਨੂੰ ਦੇਣੀ ਸੀ ਜਿਹੜੇ ਕਿ ਮਾਸਟਰ ਕੈਟ ਐਗਜ਼ਾਮ ਦੇ ਰਿਗਾਰਡਿੰਗ ਸੀ ਠੀਕ ਹੈ ਜੀ ਜਿਹੜੇ ਜਿਹੜੇ ਕੈਂਡੀਡੇਟ ਨੇ ਐਗਜ਼ਾਮ ਫਿਲ ਕੀਤਾ ਹੋਇਆ ਹੈ ਫਾਰਮ ਫਿਲ ਕੀਤਾ ਹੋਇਆ ਤਾਂ ਉਹ ਤਿਆਰੀ ਸ਼ੁਰੂ ਕਰ ਦੋ 20 ਦਿਨਾਂ ਦੇ ਵਿੱਚ ਹੀ ਪੇਪਰ ਹੋਣ ਵਾਲਾ ਹੈ ਠੀਕ ਹੈ ਜੀ ਤਾਂ ਇਹ ਹੀ ਇਨਫੋਰਮੇਸ਼ਨ ਤੁਹਾਨੂੰ ਦੇਣੀ ਸੀ ਹੋਰ ਇਨਫੋਰਮੇਸ਼ਨ ਤੇ ਲਈ ਮੇਰੇ ਚੈਨਲ ਨੂੰ ਜਸਬਸਕ੍ਰਾਈਬ ਜ਼ਰੂਰ ਕਰ ਦਿਓ ਠੀਕ ਹੈ ਜੀ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਉਦੋਂ ਤੱਕ ਲਈ ਥੈਂਕ ਯੂ